ਅਸਲਾਮ ਅਲੈਕੁਮ ਜੀ ਸੱਜਣੋ ਬੇਲੀਓ ਮਿੱਤਰੋ ਜੁੰਦੇ ਤੇ ਵਸਦੇ ਰਹੋ ਜਨਾਬ ਤੇ ਜਨਾਬ ਅਗਰ ਸਾਡੀਆਂ ਵੀਡੀਓ ਅੱਛੀਆਂ ਲੱਗਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡੀ ਪਸੰਦੀਦਗੀ ਨੂੰ ਦੇਖਦੇ ਹੋਇਆਂ ABHDTV ਨੇ ਸ਼ੁਰੂ ਕੀਤਾ ਤੁਹਾਡੇ ਵਾਸਤੇ ਫਨੀ ਔਰ ਕਾਮੇਡੀ ਚੈਨਲ ਪੇਂਡੂ HDTV ਜੀ ਹਾਂ ਪੇਂਡੂ HDTV ਤੇ ਤੁਹਾਨੂੰ ਮਿਲਣਗੇ ਮਜ਼ੇਦਾਰ ਵੀਡੀਓ ਫਨੀ ਤੇ ਕਾਮੇਡੀ ਖਾਸ ਤੌਰ ਤੇ ਪਰਦੇਸੀ ਭਰਾਵਾਂ ਵਾਸਤੇ ਪੇਂਡੂ HDTV ਨੂੰ ਤੁਸੀਂ ਜ਼ਰੂਰ ਦੇਖਣਾ ਦੋਸਤ ਅਹਬਾਬ ਨਾਲ ਜ਼ਿਕਰ ਕਰਨਾ ਔਰ ਜਨਾਬ ਇਹਨੂੰ ਸਬਸਕ੍ਰਾਈਬ ਕਰਨਾ ਵਿਜ਼ਿਟ ਜ਼ਰੂਰ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰੀਏ ਆਓ ਵੇਖਨੇ ਆ ਨਵੀਂ ਵੀਡੀਓ ਬਸ ਯਾਰ ਗੱਲ ਇਹ ਕਿ ਵੇਖੋ ਜੀ ਪਤਾ ਤੇ ਲੱਗਦਾ ਹੀ ਕੋਈ ਨਹੀਂ ਨਾ ਹਾਂਜੀ ਕਿਹੜੇ ਵੇਲੇ ਕਿਹਨੇ ਕਿਹਨੂੰ ਛੱਡ ਕੇ ਟੁੱਟ ਜਾਣ ਹਾਂਜੀ ਕੱਲ ਦੀ ਗੱਲ ਏ ਕੱਲ ਦੀ ਗੱਲ ਏ ਆ ਘਰ ਦੇ ਵਿੱਚ ਆ ਗੋਸ਼ਤ ਪੱਕਿਆ ਅਸੀਂ ਦੋਵਾਂ ਜੀਆਂ ਬਹਿ ਕੇ ਖਾਧਾ ਬਸ ਮੈਂ ਇੰਜ ਕਰਕੇ ਦੋ ਚਾਰ ਲੁਕਮੇ ਲਾਏ ਨੇ ਮੇਰੇ ਸਾਹਮਣੇ ਬਹਿ ਕੇ ਰੋਟੀ ਖਾਂਦੀ ਪਈ ਏ ਮੈਂ ਇੱਕ ਨਜ਼ਰ ਨੂੰ ਤੱਕਿਆ ਤੇ ਮੈਂ ਆਪਣੀਆਂ ਉਂਗਲਾਂ ਜਿਹੜੀਆਂ ਨੇ ਚੱਟਣ ਲੱਗ ਪਏ ਮਜ਼ੇਦਾਰ ਹੀ ਜੀ ਏਡਾ ਪੱਕਾ ਜਿਹੜੀ ਮੈਂ ਬੋਟੀ ਚੁੱਕੀ ਉਹ ਖਾਧੀ ਹੱਥ ਨੂੰ ਜਿਹੜਾ ਸਾਲਣ ਲੱਗਾ ਆਈ ਆ ਮੈਂ ਬਾਈ ਜੀ ਉਂਗਲਾਂ ਚੱਟਣ ਲੱਗ ਪਏ ਮੈਂ ਆਖਿਆ ਵਾਹ ਬਈ ਵਾਹ ਕੀ ਕਮਾਲ ਪਕਾਏ ਬਸ ਫਿਰ ਉਹ ਰੋਟੀ ਟੁੱਕਰ ਅਸੀਂ ਖਾਧਾ ਰੋਟੀ ਟੁੱਕਰ ਖਾ ਕੇ ਸੌਂ ਗਏ ਆਖੋ ਅਗਲਾ ਦਿਨ ਚੜ ਗਿਆ ਅੱਛਾ ਅੱਛਾ ਮੈਨੂੰ ਉਠਾਇਆ ਸੋ ਮੈਨੂੰ ਆਂਦੀ ਚੌਧਰੀ ਉੱਠ ਮੈਂ ਆਖਿਆ ਅੱਛਾ ਉੱਠਣਾ ਮੈਂ ਹਾਲੇ ਮੇਰੀ ਅੱਖ ਨੀ ਖੁੱਲਦੀ ਪਈ ਮੈਨੂੰ ਆਂਦੀ ਉੱਠਦਾ ਕਿ ਮੈਂ ਬੜਾ ਜੁੱਤੀ ਮੈਂ ਆਖਿਆ ਏਡਾ ਗੁੱਸਾ ਤੈਨੂੰ ਅੱਜ ਤੱਕ ਚੜਿਆ ਹੀ ਕੋਈ ਨਹੀਂ ਮੈਂ ਨਾ ਏਡੀ ਅਥਰੀ ਬਸ ਫਿਰ ਮੈਂ ਉੱਠ ਬੈਠੇ ਬਾਈ ਜੀ ਬੰਦੇ ਕੀ ਕਰਨਾ ਹੁੰਦਾ ਉੱਠਣਾ ਹੀ ਸੀ ਜੀ ਜਿਹੜੇ ਵੇਲੇ ਦੇਖੋ ਨਾ ਘਰ ਵਾਲੀਆਂ ਜਿਹੜੇ ਤਗੜੀਆਂ ਹੋਣ ਨਾ ਜੀ ਤੇ ਉਹਨਾਂ ਦੀ ਗੱਲਬਾਤ ਜਿਹੜੀ ਨਾ ਜੀ ਕਿਸੇ ਦੀ ਕੋਈ ਪੇਸ਼ਰਫਤ ਕੋਈ ਨੀ ਜਾਂਦੀ ਮੈਂ ਫਿਰ ਉੱਠਿਆ ਹਾਂਜੀ ਉੱਠ ਕੇ ਫਿਰ ਮੈਂ ਆਖਿਆ ਕੀ ਗੱਲ ਮੈਨੂੰ ਆਂਦੀ ਇਹ ਜੀ ਘਰ ਅਜਾ ਉੱਥੋਂ ਆਪਣਾ ਬਾਜ਼ਾਰ ਤੇ ਮੈਂ ਕੋਈ ਤੇਰਾ ਆਉਂਦਾ ਪਿਆ ਮੈਂ ਆਖਿਆ ਲਿਆਸਾ ਆਉਂਦਾ ਤੇ ਲੈ ਆਉਂਦਾ ਸਾਰੀਆਂ ਸ਼ੈਵਾਂ ਬਾਜ਼ਾਰ ਮੈਂ ਤੇ ਆਉਣਾ ਹੀ ਸੀ ਮੈਨੂੰ ਆਂਦੀ ਜਾਣਾ ਸੀ ਕਿ ਮੈਂ ਫੜਾ ਡੰਡਾ ਬੰਦੇ ਨੂੰ ਅਗਲੇ ਟਾਈਮ ਦਾ ਬਾਈ ਜੀ ਪਤਾ ਹੀ ਨੀ ਆਉਂਦਾ ਕਿ ਹੁਣ ਕੀ ਲੱਗਾ ਮੈਂ ਗਿਆ ਜੀ ਬਾਜ਼ਾਰ ਮੈਂ ਜਾ ਕੇ ਸਾਰਾ ਸੌਦਾ ਲੈ ਕੇ ਆਇਆ ਸੌਦਾ ਲਿਆ ਕੇ ਦਿੱਤਾ ਫਿਰ ਆਪਣਾ ਸੋਹਣੀ ਆਂਡੀ ਚਾੜੀ ਕੱਦੂ ਪਾਲਕ ਪਕਾਏ ਸੋ ਕੱਦੂ ਪਾਲਕ ਉਹ ਮੈਂ ਆਖਿਆ ਵੀ ਕਰਮਾ ਲਈਏ ਇਹ ਤੇ ਸਾਰੀ ਦੁਨੀਆ ਜਿਹੜੀ ਗੋਂਗਲੂ ਪਾਲਕ ਪਕਾਉਂਦੀ ਆ ਬਾਈ ਤੂੰ ਜਿਹੜਾ ਕੱਦੂ ਪਾਲਕ ਪਕਾਉਂਦੀ ਪਈ ਲੇਕਿਨ ਬਾਈ ਜੀ ਇਹ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਬੰਦਾ ਪੁੱਠੇ ਕੰਮ ਕਿਉਂ ਪੇ ਕਰਦਾ ਫੇਰ ਕੀ ਹੋਇਆ ਮਿਸਟਰ ਚੌਧਰੀ ਕੀ ਦੱਸਾਂ ਮੈਂ ਉਹ ਬਸ ਫਿਰ ਉਹਨੇ ਜਿਹੜਾ ਕੱਦੂ ਪਾਲਕ ਪਕਾਇਆ ਉਹ ਲਿਆ ਕੇ ਉਹਨੇ ਮੇਰੇ ਅੱਗੇ ਰੱਖਿਆ ਫਿਰ ਅੱਗੇ ਰੱਖਿਆ ਬਸ ਮੈਂ ਉਹਦੀ ਕੋਈ ਇੱਕ ਅੱਧੀ ਬਰਕੀ ਲਾਈ ਏ ਮੈਂ ਤੁਹਾਨੂੰ ਕੀ ਦੱਸਾਂ ਬਈ ਉਸ ਕੱਦੂ ਪਾਲਕ ਦਾ ਕੁਛ ਦੱਸੋ ਕੁਛ ਨਾ ਕੁਛ ਦੱਸੋ ਜੀ ਨਾ ਮੈਂ ਕੀ ਦੱਸਾਂ ਤੁਹਾਨੂੰ ਵੀ ਕੱਦੂ ਪਾਲਕ ਜਿਹੜਾ ਕੀ ਸਰੀਲਾ ਏਡਾ ਕ ਕੌੜਾ ਤੇ ਏਡਾ ਕ ਬਦ ਜ਼ਾਇਕਾ ਬਸ ਫਿਰ ਮੈਂ ਕਿਹਾ ਚੌਧਰੀ ਕਰ ਹਿੰਮਤ ਜ਼ਰਾ ਮੈਂ ਹਿੰਮਤ ਕੀਤੀ ਹੈ ਹਿੰਮਤ ਕਰਕੇ ਬਸ ਫਿਰ ਮੈਂ ਡੰਡਾ ਫੜਿਆ ਡੰਡਾ ਹੀ ਫੜ ਲਿਆ ਡੰਡਾ ਫੜਿਆ ਬਾਈ ਜੀ ਮੈਂ ਛੱਡੇ ਨੇ ਮੋਹਰਾਂ ਚ ਦੋ ਤਰਾ ਬੱਲੇ ਜਣਿਆ ਵਾਲੀ ਗੱਲ ਕੱਚ ਦੀ ਖੱਚੇ ਕਤੀਰ ਦੀ ਕਤੀਰ ਇਹ ਮੈਨੂੰ ਇਹ ਦੱਸ ਕੱਦੂ ਤੇ ਪਾਲਕ ਪਕਾ ਦਾ ਕੌਣ ਹੈ ਅੱਗੋਂ ਮੈਨੂੰ ਆਂਦੀ ਮੈਂ ਪਕਾਉਣਾ ਅੱਛਾ ਆਂਦੀ ਮੈਂ ਪਕਾਉਣਾ ਕੀ ਆਂਦੀ ਮੈਂ ਪਕਾਉਣਾ
ਮੈਂ ਕਿਹਾ ਠਹਿਰ ਜਾ ਤੂੰ ਇੱਕ ਮਿੰਟ ਹੈ ਨਹੀਂ ਉਹ ਮੈਨੂੰ ਉਹਨੂੰ ਕਹਿ ਰਿਹਾ ਸੀ ਉਹਨੂੰ ਸੱਚ ਚੜ ਗਿਆ ਨਾ ਆ ਮੈਂ ਕਿਹਾ ਠਹਿਰ ਜਾ ਇੱਕ ਮਿੰਟ ਮੈਂ ਤੈਨੂੰ ਦੱਸਾਂ ਤੂੰ ਕਦੋਂ ਪਾਲਕ ਪਕਾਣਾ ਹਾਂਜੀ ਕਿਸੇ ਨਹੀਂ ਪਕਾਇਆ ਤੇ ਮੈਨੂੰ ਇਹਦੀ ਗੱਲ ਸੁਣ ਲੈ ਚੌਧਰੀ ਅੱਛਾ ਆ ਮੈਨੂੰ ਜਿਹੜੇ ਦੋ ਛੋਟੇ ਮਾਰ ਲਗੇ ਨਾ ਹਾਂਜੀ ਜੀ ਇਹ ਬਸ ਕਾਫੀ ਨੇ ਠੀਕ ਹੈ ਐ ਹੁਣ ਮੈਨੂੰ ਤੂੰ ਮਾਰੇ ਨਾ ਤੀਜਾ ਛੋਟਾ ਹਾਂਜੀ ਤੇ ਮੈਂ ਸੱਦਣ ਲੱਗੀ ਆ ਭਰਾਵਾਂ ਨੂੰ ਮੇਰੇ ਭਰਾ ਆ ਗਏ ਨਾ ਤੇ ਉਹਨਾਂ ਤੇਰੀ ਲੱਤ ਬਾਹ ਇੱਕ ਕਾਰ ਛੱਡਣੀ ਮੈਂ ਤੇਰੀ ਲੱਤ ਬਾਂ ਇੱਕ ਕਰ ਛੱਡਣੀ ਤੇਰੀ ਲੱਤ ਬਾਂ ਇੱਕ ਕਰ ਛੱਡ ਹਾਂ ਬਾਈ ਜੀ ਦਿੱਤਾ ਉਰਾ ਫਿਰ ਅੱਛਾ ਆ ਮੈਂ ਉਰਾ ਜਿਹੜਾ ਦਿੱਤਾ ਹਾਂਜੀ ਫੇਰ ਕੀ ਹੋਇਆ ਅੰਦਰ ਗਈ ਹੈ ਅੱਛਾ ਕੱਪੜੇ ਥੈਲੇ ਚ ਪਾਏ ਸੋਏ ਮਾੜੀ ਗੱਲ ਬਾਈ ਜੀ ਅੱਗੋਂ ਸਰਦੀ ਦਾ ਮੌਸਮ ਹੈ ਸਰਦੀ ਵਾਲੇ ਕੱਪੜੇ ਵੀ ਉਹਨੇ ਥੈਲੇ ਚ ਪਾਏ ਨੇ ਨਾ ਤਾਂ ਮੈਨੂੰ ਲੱਗ ਪਤਾ ਹੈ ਵੀ ਇਹਦਾ ਪ੍ਰੋਗਰਾਮ ਲੰਮਾ ਹੈ ਇਹ ਨਹੀਂ ਆਉਂਦੀ ਹੁਣ ਇਹ ਨਹੀਂ ਆਉਣਾ ਠੀਕ ਹੈ ਬਸ ਭਾਈ ਜੀ ਜੋ ਅੱਲਾ ਦੀ ਰਜ਼ਾ ਹਾਂਜੀ ਬਸ ਅੱਲਾ ਜੀ ਬਸ ਮੈਂ ਕੱਪੜੇ ਥੈਲੇ ਚ ਪਾਏ ਸੁੱਤੇ ਤਾਂ ਮੈਨੂੰ ਆਂਦੀ ਹੈ ਮੈਂ ਇਹ ਲੱਗੀ ਜਾਨੀ ਹੂੰ ਬਸ ਮੈਨੂੰ ਛੱਡ ਕੇ ਟੁਰ ਗਈ ਬੜੇ ਅਫਸੋਸ ਦੀ ਗੱਲ ਛੱਡ ਕੇ ਟੁਰ ਗਈ ਛੱਡ ਕੇ ਟੁਰ ਗਈ ਬੜਾ ਅਫਸੋਸ ਹੋਇਆ ਤੇ ਹੁਣ ਤੁਹਾਡਾ ਕੀ ਬਣੇ ਬਣੇਗਾ ਉਹ ਕੁਝ ਨਹੀਂ ਯਾਰ ਬਣਨਾ ਕੀ ਇਹ ਵੇਖੋ ਇਹ ਦੁਨੀਆ ਦੇ ਮਾਮਲਾਤ ਨੇ ਹਾਂਜੀ ਇਹ ਘਰਾਂ ਵਾਲੀਆਂ ਜਿਹੜੀਆਂ ਸਵਾਣੀਆਂ ਨੇ ਨਾ ਹਾਂਜੀ ਇਹ ਬਾਈ ਜੀ ਇਹ ਗੱਲ ਸਮਝਦੀਆਂ ਨਹੀਂ ਕਿ ਇਹ ਬੰਦਾ ਜਿਹੜਾ ਅਕਿਆ ਸੱਤਿਆ ਆਇਆ ਹਾਂਜੀ ਹਾਂਜੀ ਇਹ ਬਾਹਰੋਂ ਕੰਮ ਕਾਰ ਕਰਕੇ ਆਇਆ ਔਰ ਇਹਦੇ ਤੇ ਕਿੰਨੀਆਂ ਜ਼ਿੰਮੇਵਾਰੀਆਂ ਹਾਂ ਦੇਖੋ ਨਾ ਇਹ ਗੱਲ ਉਹਨਾਂ ਤੇ ਬਾਈ ਜੀ ਸਿਰਫ ਜਿਹੜਾ ਨਾ ਆਪਣਾ ਕੰਮ ਜਿਹੜਾ ਨਾ ਵਿੱਚ ਡਾਣਾ ਹੁੰਦਾ ਹਾਂ ਦੂਜੀ ਗੱਲ ਦੱਸੋ ਆ ਮੈਂ ਨਾ ਅੱਲਾ ਰਿਜ਼ਕ ਦਿੱਤਾ ਹੋਵੇ ਇਹਨੂੰ ਇਹ ਜਿਹੜਾ ਨਾ ਚੱਜ ਸਵਾਦ ਨਾ ਪਕਾਉਣਾ ਚਾਹੀਦਾ ਇਹ ਜਿਹੜੀ ਨਾ ਅੰਨੇ ਵਾ ਮੈਂ ਕੱਦੂਆਂ ਚ ਪਾਲਕ ਪਾ ਛੱਡਣੀ ਯਾਰ ਕੋਈ ਤਜਰਬੇ ਵਾਸਤੇ ਹੁੰਦੀ ਸਬਜ਼ੀ ਕੁਝ ਨਵਾਂ ਵੀ ਅਸਾਂ ਅੱਜ ਤੱਕ ਸੁਣੇ ਨਹੀਂ ਕੱਦੂ ਪਾਲਕ ਆ ਤੁਸੀਂ ਤਾਂ ਸੁਣਿਆ ਹੀ ਨਹੀਂ ਹਾਂਜੀ ਬਲਕਿ ਤੁਸੀਂ ਵੇਖਿਆ ਨਹੀਂ ਨਾ ਨਹੀਂ ਨਹੀਂ ਵੇਖਿਆ ਹੈ ਵੇਖਿਆ ਹੈ ਆ ਪਕਾਉਂਦੇ ਹੀ ਨਹੀਂ ਇੰਜ ਕੋਈ ਹਲਾ ਹਲਾ ਉਂਝ ਕੱਦੂ ਵੇਖਿਆ ਆ ਵੇਖਿਆ ਉਂਝ ਵੇਖਿਆ ਆ ਇਹ ਕੱਦੂ ਬੈਠਾ ਮੇਰਾ ਵਾਹ ਬਈ ਵਾਹ ਔਰ ਤੁਸੀਂ ਸੁਣਾਓ ਘਰ ਬਾਰ ਦੀ ਬਸ ਜੀ ਸ਼ੁਕਰ ਹੈ ਅੱਲਾ ਦਾ ਜੀ ਸੁੱਤੇ ਆ ਰਾਤੀ ਹਾਂ ਤੇ ਸਵੇਰੇ ਉੱਠ ਖਲੋਤੇ ਆ ਹਾਂ ਜੀ ਫਿਰ ਸਵੇਰੇ ਮਤਲਬ ਉੱਠਣਾ ਤੇ ਹੁੰਦਾ ਹੀ ਹੈ ਜੀ ਹਾਂ ਜੀ ਹਾਂ ਆ ਤੁਹਾਡੀ ਵੀ ਜਨਾਨੀ ਹੋਣੀ ਨਾ ਘਰ ਹਾਂ ਜੀ ਮੈਂ ਤੇ ਨਹੀਂ ਜੀ ਡਰਦਾ ਜਨਾਨੀ ਕੋਲੋਂ ਹਲਾ ਹਾਂ ਤੌਬਾ 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 ਹਲਾ ਹਲਾ ਮੈਂ ਤੇ ਉੱਠਦਿਆਂ ਨੂੰ ਆਖਿਆ ਮੈਂ ਆਖਿਆ ਰੋਟੀ ਪਕਾ ਹਾਂ ਹਾਂ ਉਹਨੇ ਕਿਹਾ ਮੈਂ ਨਹੀਂ ਪਕਾਣੀ ਰੋਟੀ ਵਾਜੀ ਵਾ ਕੀ ਕਹਿੰਦੀ ਏ ਕਹਿੰਦੀ ਮੈਂ ਨਹੀਂ ਪਕਾਣੀ ਤੂੰ ਕਿਉਂ ਨਹੀਂ ਪਕਾਣੀ ਰੋਟੀ ਪਕਾ 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 ਮੈਂ ਉਹਨੂੰ ਕਿਹਾ ਅਗਲੇ ਨੂੰ ਪਕਾਣੀ ਪਈ ਏ ਬਰਜਾਈ ਨੂੰ ਆਖਿਆ ਹਾਂਜੀ ਫਿਰ ਪਕਾਣੀ ਪਈ ਏ ਉਹਨੂੰ ਪਕਾਣੀ ਪਈ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਜੀ ਇਹ ਪਹਿਲਾਂ ਮੈਂ ਚੰਗੇ ਸਮੇਂ ਹੋਣੇ ਜੀ ਜੀ ਤੇ ਜਨਾਬ ਜਵਾਨੀ ਦੇ ਚੰਗੇ ਠਾਟ ਵਾਹ ਆ ਗੋੜੀ ਮੇਰੇ ਕੋਲ ਚਿੱਟੇ ਰੰਗ ਦੀ ਵਾਹ ਤੇ ਇਹ ਆਪਣਾ 40 ਚੱਕ ਜਿਹੜਾ ਹੈ ਹਾਂਜੀ ਆ ਬਾਬੇ ਅਸ਼ਮਤ ਵਾਲਾ ਹਾਂਜੀ ਆ ਬਾਬੇ ਅਸ਼ਮਤ ਦੇ ਪਿੰਡ ਜਨਾਬ ਉਹ ਤੇ ਸ਼ਾਦੀ ਹੋਵੇ ਮੇਰੇ ਯਾਰ ਦੀ ਬੱਲੇ ਬੱਲੇ ਵਾਹ ਵਾਹ ਉਹ ਮੇਰੇ ਯਾਰ ਨੇ ਬੰਨ ਲਏ ਸੇ ਵਾਹ 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 ਮੈਂ ਨਾ ਜੀ ਮੈਂ ਉੱਥੇ ਗਿਆ ਜਨਾਬ ਸ਼ਾਦੀ ਤੇ ਉੱਥੇ ਜਨਾਬ ਉਹਨਾਂ ਦੀ ਇੱਕ ਭਰਾਉਣੀ ਆਈ ਬਾਹਰੋਂ ਆਏ ਹਾਏ ਮੈਂ ਨਾ ਕੀ ਉਹਨੇ ਮੇਕਅਪ ਕੀਤੇ ਆ ਕਿੱਡੀ ਕੁ ਮੈਨੂੰ ਸੋਹਣੀ ਲੱਗੇ ਮੈਂ ਨਾ ਜਨਾਬ ਉਹਨੂੰ ਵੇਖ ਕੇ ਤੇ ਮੈਂ ਜਿਹੜਾ ਨਾ ਮੈਂ ਆਖਿਆ ਵੀ ਜੋ ਮਰਜ਼ੀ ਹੋਵੇ ਨਾ ਮੈਂ ਵਿਆਹ ਇਹਦੇ ਨਾਲ ਹੀ ਕਰਾਉਣਾ ਤੁਸੀਂ ਤਾਂ ਗੱਲ ਹੀ ਮੁਕਾ ਮੈਂ ਨਾ ਮੈਂ ਉਹ ਵਿਆਹ ਤੇ ਗਿਆ ਮੁੱਕ ਪਰ ਮੈਂ ਹੱਥ ਧੋ ਕੇ ਉਹਦੇ ਪਿੱਛੇ ਪੈ ਗਿਆ ਜੇ ਵੇਲੇ ਮੈਂ ਪਿਆ ਨਾ ਉਹਦੇ ਪਿੱਛੇ ਹੱਥ ਧੋ ਕੇ ਬਸ ਫਿਰ ਇੱਕ ਦਿਨ ਉਹਨੇ ਵਹਾਇਆ ਮੈਨੂੰ ਮੂੰਹ ਧੋ ਕੇ ਅੱਛਾ ਜੀ ਫਿਰ ਕੀ ਹੋ ਜਾ ਫਿਰ ਕੀ ਹੋਣਾ ਅਫਸੋਸ ਹੀ ਹੋਣਾ ਸੀ ਮੇਰਾ ਖਿਆਲ ਫਿਰ ਮੈਂ ਪਛਤਾਇਆ ਗਿਆ ਮੈਂ ਟਾਈਮ ਹੀ ਜ਼ਾਇਆ ਕੀਤਾ ਤੇ ਤੁਸੀਂ ਉਹਨੂੰ ਮੂੰਹ ਨਹੀਂ ਸੀ ਨਾ ਧੋਣ ਦੇਣਾ ਬੰਦਾ ਬਸ ਉਹਨੇ ਜਦੋਂ ਮੈਂ ਹੱਥ ਧੋ ਕੇ ਪਿੱਛੇ ਪਿਆ ਸਾ ਉਹ ਜਿਹੜੇ ਵੇਲੇ ਮੂੰਹ ਧੋ ਕੇ ਮੇਰੇ ਪਿੱਛੇ ਆਈ ਹੈ ਤਾਂ ਮੈਂ ਉਹਨੂੰ ਆਖਿਆ ਮੇਰੀ ਗੱਲ ਸੁਣ ਭੈਣ ਮੇਰੀ ਹੈ ਜੀ ਜੀ ਅੱਛਾ ਤੂੰ ਜਿਹਦੀ ਵੀ ਦੀ ਭੈਣ ਹੈ ਇੱਜ਼ਤ ਨਾ ਆਪਣੇ ਘਰ ਵੀ ਦਾ ਮੇਰੀ ਭੈਣ ਹੈ
ਚੌਧਰੀ ਬੜਾ ਮਾੜਾ ਕੰਮ ਹੋਇਆ ਤੇਰੇ ਨਾਲ ਦੇ ਕੰਮ ਬਾਈ ਜੀ ਕਿਹੜਾ ਮਾੜਾ ਹੁੰਦਾ ਬੰਦਾ ਹੀ ਮਾੜਾ ਹੁੰਦਾ ਬੰਦਾ ਹੀ ਚੰਗਾ ਹੁੰਦਾ ਹਾਂਜੀ ਇਹ ਗੱਲ ਸਹੀ ਕੰਮ ਤੇ ਮਾੜਾ ਕੋਈ ਨਹੀਂ ਹੁੰਦਾ ਮੈਂ ਆਖਿਆ ਵੀ ਤੂੰ ਵੀ ਕੋਈ ਆਪਣਾ ਜਨਾਜ਼ਾ ਜਾਇਜ਼ ਕਰ ਛੱਡਣਾ ਸੀ ਉਮਰ ਵਾਹਵਾ ਹੋ ਗਈ ਹੈ ਤੇ ਆਪਣਾ ਕੋਈ ਵਿਆਹ ਠੋਕ ਲੈਣਾ ਸੀ ਜਨਾਬ ਰਾਤ ਨੂੰ ਗੱਲ ਹੁੰਦੀ ਹੈ ਸਲਿੱਪ ਫਰੈਕ ਹੋ ਜਾਂਦੀ ਹੈ ਕਿਉਂ ਬਈ ਉਹ ਇੰਜ ਰਿਸ਼ਤਾ ਸਵੇਲੇ ਰਾਤ ਨੂੰ ਮਿਲ ਜਾਂਦਾ ਸੁਬਾਹ ਨੂੰ ਕੜਾ ਕਰਕੇ ਟੁੱਟ ਜਾਂਦਾ ਹਾਂ ਨਹੀਂ ਇਹ ਮਾੜੀ ਗੱਲ ਹੈ ਇਹ ਗੱਲ ਮਾੜੀ ਬੈੜੇ ਦੇ ਵਕਤ ਉਹਦੇ ਬੈੜੇ ਨੇ ਕਿ ਚੰਗੇ ਨੇ ਹਾਂਜੀ ਇਹ ਦੁਨੀਆਂ ਦਾ ਬਾਈ ਜੀ ਸਿਲਸਿਲਾ ਇੰਜ ਦਾ ਹੈ ਹਾਂਜੀ ਐਵੇਂ ਦਾ ਸਿਲਸਿਲਾ ਹੈ ਇਹ ਜਿਹਦੀ ਸ਼ਾਦੀ ਠੁੱਕ ਗਈ ਹੈ ਉਹ ਵੀ ਪਛਤਾਉਂਦਾ ਹੈ ਇਹ ਬਾਈ ਜੀ ਜਿਹਦੀ ਨਹੀਂ ਠੁੱਕੀ ਉਹ ਵੀ ਪਛਤਾਉਂਦਾ ਹੈ ਇਸ ਤਰ੍ਹਾਂ ਹੀ ਹਾਂਜੀ ਹਾਂਜੀ ਇਹ ਗੱਲ ਹੈ ਹਾਂ ਤੇ ਅਸਲ ਸ਼ਾਦੀ ਨਹੀਂ ਠੁੱਕਦੀ ਇਹ ਠੁੱਕ ਬਾਈ ਜੀ ਬੰਦਾ ਜਾਂਦਾ ਹਾਂ ਮੁੱਕ ਜਾਂਦਾ ਨਾ ਜੀ ਹੈ ਜੀ ਜੀ ਵਾਹ ਸ਼ਾਦੀ ਨਹੀਂ ਠੁੱਕਦੀ ਠੁੱਕ ਬੰਦਾ ਜਾਂਦਾ ਬੰਦਾ ਜਾਂਦਾ ਠੁੱਕ ਬੰਦਾ ਜਾਂਦਾ ਵਾਹ ਤੁਹਾਡੇ ਅਸਲਾਮ ਵਾਲੀਕਮ ਜੀ ਸੱਜਣੋ ਬੇਲੀਓ ਮਿੱਤਰੋ ਜਿਉਂਦੇ ਤੇ ਵਸਦੇ ਰਹੋ ਜਨਾਬ ਤੇ ਜਨਾਬ ਅਗਰ ਸਾਡੀਆਂ ਵੀਡੀਓ ਅੱਛੀਆਂ ਲੱਗਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡੀ ਪਸੰਦੀਦਗੀ ਨੂੰ ਦੇਖਦਿਆਂ ਹੋਇਆਂ ABHDTV ਨੇ ਸ਼ੁਰੂ ਕੀਤਾ ਤੁਹਾਡੇ ਵਾਸਤੇ ਫਨੀ ਔਰ ਕਾਮੇਡੀ ਚੈਨਲ ਪੇਂਡੂ HDTV ਜੀ ਹਾਂ ਪੇਂਡੂ HDTV ਤੇ ਤੁਹਾਨੂੰ ਮਿਲਣਗੀਆਂ ਮਜ਼ੇਦਾਰ ਵੀਡੀਓ ਫਨੀ ਤੇ ਕਾਮੇਡੀ ਖਾਸ ਤੌਰ ਤੇ ਪਰਦੇਸੀ ਭਰਾਵਾਂ ਵਾਸਤੇ ਪੇਂਡੂ HDTV ਨੂੰ ਤੁਸੀਂ ਜ਼ਰੂਰ ਦੇਖਣਾ ਦੋਸਤ ਅਹਬਾਬ ਨਾਲ ਜ਼ਿਕਰ ਕਰਨਾ ਔਰ ਜਨਾਬ ਇਹਨੂੰ ਸਬਸਕ੍ਰਾਈਬ ਕਰਨਾ ਵਿਜ਼ਿਟ ਜ਼ਰੂਰ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰੀਏ